ਆਈ ਇੱਕ ਹੋਰ ਦੁਖਦ ਖਬਰ। 7 ਮਹੀਨੇ ਪਹਿਲਾਂ ਕੈਨੇਡਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ। ਪਰਿਵਾਰਕ ਮੈਂਬਰਾਂ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਸਰਕਾਰ ਪਾਸੋਂ ਕੀਤੀ ਮੰਗ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮੀਆਂ ਵਿੰਡ ਦੇ 7 ਮਹੀਨੇ ਪਹਿਲਾਂ ਹਰਪ੍ਰੀਤ ਸਿੰਘ ਉਮਰ 31 ਸਾਲ ਅਜੇ ਕੁਆਰਾ ਪੁੱਤਰ ਜੋਗਿੰਦਰ ਸਿੰਘ ਵਾਸੀ ਮੀਆਂ ਵਿੰਡ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਕ ਮੈਂਬਰਾਂ ਦੱਸਿਆ ਕਿ ਹਰਪ੍ਰੀਤ ਸਿੰਘ ਪਹਿਲਾਂ 7 ਸਾਲ ਦੁਬਈ ਵਿੱਚ ਡਰਾਈਵਰੀ ਕਰਦਾ ਰਿਹਾ ਸੀ ਅਤੇ ਹੁਣ 7 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ, ਜਿੱਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਪਰਿਵਾਰ ਨੂੰ ਮਿਲੀ। ਕੈਨੇਡਾ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ 'ਤੇ ਪਰਿਵਾਰਕ ਮੈਂਬਰਾਂ ਨੇ ਸਵਾਲ ਚੁੱਕਿਆ ਅਤੇ ਕਿਹਾ ਇਸ ਦੇ ਕਾਰਨਾਂ ਦਾ ਵੀ ਪਤਾ ਸਰਕਾਰ ਨੂੰ ਲਗਾਉਣਾ ਚਾਹੀਦਾ ਹੈ। ਉਹਨਾਂ ਨੇ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਸਰਕਾਰ ਪਾਸੋਂ ਮੰਗ ਕੀਤੀ। ਸੋਨੂੰ ਫਤਿਹਾਬਾਦ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਭਾਈ, ਕੀ ਨਾਮ ਆਪਣੇ? ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨ ਤਾਰਨ ਜ਼ਿਲ੍ਹੇ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਪਿੰਡ। ਕੀ ਗੱਲਬਾਤ ਹੋਈ ਹੈ, ਜਿਹੜੇ ਨੌਜਵਾਨ ਦੀ ਡੈਥ ਹੋਈ ਆ, ਕੀ ਲੱਗਦਾ ਜੀ ਤੁਹਾਡਾ ਅਤੇ ਕਿੰਨੀ ਉਮਰ ਸੀ? ਇਹ ਬੱਚਾ ਜਿਹੜਾ ਸਾਡੇ ਭਤੀਜਾ ਇਹ ਮੇਰਾ, ਸਾਡਾ ਭਰਾ ਜੋਗਿੰਦਰ ਸਿੰਘ ਉਹਦਾ ਲੜਕਾ ਹੈਗਾ ਗੁਰਭੇਜ ਸਿੰਘ। ਇਹਨੂੰ ਕਨੇਡਾ ਗਏ ਨੂੰ ਅਜੇ 8 ਮਹੀਨੇ ਹੋਏ, ਮਾਰਚ ਦੇ ਵਿੱਚ ਗਿਆ, ਡਰਾਈਵ 'ਚ ਗਿਆ ਹੈਗਾ। ਅਜੇ ਕੱਲ੍ਹ ਨੂੰ 7 ਤਰੀਕ ਨੂੰ ਇਹਦੀ ਦੂਸਰੀ ਟਰਾਈ ਸੀ ਅਤੇ ਉੱਥੇ ਆਪਣੇ ਗੱਡੀ ਸਿੱਖਦਾ ਹੈਗਾ, ਪਤਾ ਨਹੀਂ ਕੀ ਚਾਂਸ ਹੋਇਆ ਉੱਥੇ ਢਿੱਲਾ ਆਇਆ ਉੱਥੇ, ਅਤੇ 2 ਘੰਟਿਆਂ ਦੇ ਵਿੱਚ ਇਹਦੀ ਮੌਤ ਹੋ ਗਈ ਆ। ਕਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸਾਡੀਆਂ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ, ਇਹ ਪਤਾ ਨਹੀਂ ਕੀ ਕਾਰਨ ਕੀ ਆ, ਜਾਂ ਕਲਾਈਮੇਟ ਨਹੀਂ ਠੀਕ, ਜਾਂ ਕੋਈ ਗੌਰਮੈਂਟਾਂ ਦੀਆਂ ਚਾਲਾਂ ਵਾ, ਇਹ ਸਮਝ ਨਹੀਂ ਆਈ। ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਸਾਡੇ ਨੌਜਵਾਨ ਜਿਹੜੇ ਕਮਾਈ ਕਰਨ ਵਾਸਤੇ ਜਾਂਦੇ ਆ, 20-20, 25-25, 35-35 ਲੱਖ ਰੁਪਈਆ ਲਾ ਕੇ ਜਾਣ ਡੇ ਆ ਕਮਾਈ ਕਰਨ ਵਾਸਤੇ, ਪਰ ਫਿਰ ਉੱਧਰੋਂ ਉਹਨਾਂ ਦੀਆਂ ਲਾਸ਼ਾਂ ਵੀ ਮੰਗਵਾਉਣ ਵਾਸਤੇ ਸਾਨੂੰ 30-35 ਲੱਖ ਰੁਪਈਆ ਲੱਗ ਜਾਂਦਾ ਵਾ। ਆਹ ਹਾਲਾਤ ਸਾਡੇ ਬਣ ਗਿਆ। ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ, ਸਾਡੇ ਬੱਚਿਆਂ ਨੂੰ ਨੌਕਰੀਆਂ ਇੱਥੇ ਮਿਲਣ, ਤਾਂ ਸਾਡੇ ਬੱਚਿਆਂ ਦੀਆਂ ਇਸ ਤਰ੍ਹਾਂ ਜਿਹੜੀਆਂ ਵਾ ਲਾਸ਼ਾਂ ਬਾਹਰਲੇ ਮੁਲਕਾਂ 'ਚੋਂ ਪੈਕ ਹੋ ਕੇ ਨਾ ਆਉਣ, ਕਿਉਂਕਿ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਇਹ 'ਤੇ ਗੌਰ ਕਰੋ, ਸਾਡੇ ਬਹੁਤ ਕੀਮਤੀ ਬੱਚੇ ਜਿਹੜੇ ਜਾਨਾਂ ਦੇਣ ਡਏ ਆ। ਸਰਕਾਰ ਪਾਸੋਂ ਇਹ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਦੀ ਲਾਸ਼ ਜਿਹੜੀ ਜਲਦੀ ਤੋਂ ਜਲਦੀ ਸਰਕਾਰ ਸਾਡਾ ਮਦਦ ਕਰੇ ਅਤੇ ਲਾਹ ਮੰਗਾਈ ਜਾਵੇ। ਬਾਬਾ ਜੀ ਕੀ ਨਾਮ ਆਪਣਾ? ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ। ਲਖਵਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ, ਜਿਹੜਾ ਕਿ ਕਾਫੀ ਨੌਜਵਾਨਾਂ ਦੀਆਂ ਮੌਤਾਂ ਜਿਹੜੀਆਂ ਕੈਨੇਡਾ ਵਿੱਚ ਹੋ ਰਹੀਆਂ, ਅੱਜ ਇੱਕ ਹੋਰ ਨੌਜਵਾਨ ਦੀ ਮੌਤ ਹੋਈ ਹੈ ਜੀ, ਕੀ ਨਾਮ ਸੀ ਉਹਦਾ? ਉਹਦਾ ਨਾਮ ਹਰਭੇਜ ਸਿੰਘ ਜੀ, ਅਤੇ ਉਹ ਵਿਚਾਰਾ ਇੱਥੋਂ ਤੋਂ ਸਿੱਖਣ ਗਿਆ ਸੀ, ਗੱਡੀ ਦਾ ਲਾਇਸੈਂਸ ਬਣਾ ਕੇ ਅਤੇ ਕਮਾਈ ਕਰਨ ਵਾਸਤੇ ਗਿਆ ਅਤੇ ਉੱਥੇ ਦਾ ਉੱਥੇ ਰਹਿ ਗਿਆ ਵਿਚਾਰਾ। ਕੀ ਮੰਗ ਕਰਦੇ ਸਰਕਾਰ ਤੋਂ? ਅਸੀਂ ਤਾਂ ਇਹ ਚਾਹੁੰਦੇ ਹਾਂ ਜੀ ਉਹਦੀ ਲਾਸ਼ ਜਿਹੜੀ ਆ ਉਹ ਇੱਥੇ ਸਰਕਾਰ ਨੂੰ ਪੁੱਜਦੀ ਕਰਨੀ ਚਾਹੀਦੀ ਆ, ਇਹਨਾਂ ਚੀਜ਼ਾਂ 'ਤੇ ਇਹਨਾਂ ਨੂੰ ਗੌਰ ਕਰਨਾ ਚਾਹੀਦਾ ਵੀ ਇਹ ਜਿਹੜੀਆਂ ਇੰਨੀਆਂ ਮੌਤਾਂ ਹੋ ਰਹੀਆਂ ਕਿਉਂ ਹੋ ਰਹੀਆਂ, ਇਹ ਵਾਹਿਗੁਰੂ ਜਾਣਦਾ ਵੀ ਕਿਉਂ ਹੁੰਦੀਆਂ। ਕੀ ਨਾਮ ਆ? ਮੇਰਾ ਨਾਮ ਜੋਗਿੰਦਰ ਸਿੰਘ ਆ। ਜੀ ਨੀ ਛੱਡ ਰਿਹਾ, ਹੁਣ ਕੀ ਮੰਗ ਕਰ ਸਕਦੇ ਅਸੀਂ? ਪੰਜਾਬ ਇੱਥੇ ਪਹੁੰਚਣਾ ਚਾਹੀਦਾ ਸਾਡੇ ਕੋਲ, ਅਸੀਂ ਚਲ ਵੀ ਹਵਾ ਖਲੀਏ ਕਰੀ, ਜੋ ਹੋਣਾ ਹੋ ਗਿਆ ਹੁਣ ਬਸ ਦੀ ਗੱਲ ਹੀ ਕਿਸੇ ਗੱਲ ਆ ਵਾ, ਇੱਥੇ ਕਈ ਆ ਜਾਵੇ ਚਲੋ ਵੇਖ ਲਈਏ ਸਾਡੀ ਮੰਗ ਵਾ।